अस्सलाम वालेकुम, खुशामदीद। की हाल चाल है वीरो, किसी हो, कैसे हो, किदा हो, की हाल चाल है, कैसा चल रहा है तुहाडा सब कुछ। अज मूवी लेके आया हूँ जिसका ट्रेलर है यार मेरा तितलियां वर्ल्ड का ऑफिशियल ट्रेलर, गिप्पी ग्रेवाल और तनु ग्रेवाल। पंजाबी मूवी, ये कौन है तनु, ये मुझे नहीं मालूम कौन है, लेकिन हम ये मूवी देखेंगे, ट्रेलर फिर करेंगे इसके बारे में बात। तो स्टार्ट करते हैं। अब बंदे की जिंदगी च होंगे ने चार पड़ा, पहला प्यार, दूजा व्याह, तीजा बच्चा, ते चौथा फिर तो प्यार दा इंतजार। ਬਿਆੰਤ ਡੈਡੀ ਤੈਨੂੰ ਉਤੀ ਰਾਤ ਨੂੰ ਕੀ ਕੰਮ ਪੈ ਜਾਂਦਾ? ਓ ਮੇਰੇ ਉਈ ਖਾਜੀ ਹੋ ਰਹੀ ਸੀ। ਖਾਜ ਤਾਂ ਮੈਂ ਤੇਰੀ ਇੱਕ ਸੇ ਪੱਕੀ ਉਹ ਮਟਾ ਦੇਣੀ ਆ ਡੈਡੀ। ਓ ਤੂੰ ਕੀ ਕਰਨ ਨੂੰ ਫਿਰਦਾ ਹੈ? ਯਾਰ ਮੈਂ ਕੋਈ ਦੋਸਤ ਬਣਾਉਣੀ ਆ ਜਿਹਦੇ ਨਾਲ ਮੈਂ ਦਿਲ ਦੀਆਂ ਗੱਲਾਂ ਕਰ ਸਕਾਂ। ਖੋਲ ਤਾਂ ਤੇਰਾ ਫੇਸਬੁੱਕ ਤੇ ਅਕਾਊਂਟ, ਆਪਾਂ ਕੋਈ ਸੋਹਣੇ ਜਿਹੇ ਮੁੰਡੇ ਦੀ ਫੋਟੋ ਲਾਉਨੇ ਆ ਜਿਹਦੇ ਕਰਕੇ ਕੁੜੀਆਂ ਆਪਣੇ ਆਪ ਭੱਜ ਆਉਣ, ਨਾਲੇ ਤੂੰ ਬਚਾ ਰਹੇਗਾ। ਲੈ ਬਣਾਤਾ ਤੈਨੂੰ ਗਰਮੇਲ ਤੋਂ ਸੂਰਮਾ। ਗੁਰਮੇਲ ਫੋਨ ਤੇ ਕੀ ਕਰੀ ਜਾਂਦਾ? ਆੜਤੀ ਦਾ ਹਿਸਾਬ ਕਰਦੇ ਆ। ਜਿਵੇਂ ਖੁਸ਼ ਹੋ ਕੇ ਫੋਨ ਤੇ ਲੱਗਿਆ ਹੋਇਆ ਨਾ, ਮੈਨੂੰ ਤਾਂ ਐਂ ਲੱਗਦਾ ਤੇਰਾ ਹਿਸਾਬ ਨਾ ਕਰਦੇ। ਉਹ ਜੱਟ ਨੂੰ ਅੰਗਰੇਜ਼ੀ ਸਿਖਾਤੀ ਕੁੜੀਆਂ ਨੇ, ਇੱਕ ਨੇ ਤਾਂ ਮੈਨੂੰ ਸ਼ਰਿਆਂ ਫੇਸਬੁੱਕ ਤੇ ਲਿਖਤਾ ਸੀ ਕਿ ਫਸ ਜੂ। ਓਏ ਫਸ ਜੂ ਨਹੀਂ, ਓਏ ਗਾਲ ਕੱਢ ਦੇ ਅੰਗਰੇਜ਼ੀ ਚ। ਬਹਾਨੇ ਨਾਲ ਉਹਦੇ ਕੋਲ ਜਾ ਕੇ ਚੈੱਕ ਕਰੀ, ਤੂੰ ਉਹਦੇ ਫੋਨ ਤੇ ਝਾਤੀ ਮਾਰੀ ਤੇ ਜੇ ਕਿਤੇ ਉਹਨੇ ਕੰਨੀ ਕੱਟ ਲਈ ਫੇਰ ਸਮਝ ਲੈ ਮਾਮਲਾ ਗੜਬੜ ਹੈ ਬੇਅੰਤ। शेर अगे बकरी बंद हो ते शेर बकरी ना खावे दा मतलब पता की है? कि उन्हें नाम लिया हुआ है। मुंह पागले, शेर बकरियां खा खा के रज्जा पे, जे नु बंदा बनाना ना ता ओही कर जो ए कर रहे। ले खोल ता तेरा फेसबुक अकाउंट, बन गई तू बेअंत मिनी। ਉਹਦੀ ਆਵਾਜ਼ ਸੁਣਨ ਨੂੰ ਬੜਾ ਜੀ ਕਰਦਾ ਮੇਰਾ, ਆ ਫੋਨ ਤੇ ਲਿਖ ਲਿਖ ਕੇ ਸਵਾਜਿਆ ਨਹੀਂ ਆਉਂਦਾ ਮੈਨੂੰ। ਹੈਲੋ ਮਿਨੀ, ਮੈਂ ਬੋਲੂ ਸੂ ਤੇਰਾ ਸੁਰਮਾ। ਮੈਨੂੰ ਲੱਗਦਾ ਉਹਨੂੰ ਹਰਿਆਣਵੀ ਭਾਸ਼ਾ ਨਹੀਂ ਚੰਗੀ ਲੱਗੀ, ਅਗਲੀ ਵਾਰੀ ਭੋਜਪੁਰੀ ਟਰਾਈ ਕਰੀਏ। ਤੂੰ ਐਂ ਕਰ, ਫੋਨ ਮਾਰ। ਮੋਟਰ ਸੀ ਚਾਲੀ ਥੀ, ਬਰਤਨਾ ਕੀ ਆਵਾਜ਼ ਵੀ ਆਵੇ ਥੀ, ਰਸੋਈ ਮੈਂ ਥੇ ਗਏ। ਨੋ ਰਸੋਈ, ਉਹ ਮੈਂ ਹਵਾਈ ਜਹਾਜ਼ ਚਲਾ ਰਹੀ ਸੀ। ਪਾਇਲਟ ਅਗਲੀ ਪੈਰ ਤੋਂ ਤੋਪੀ ਮੇਰੇ ਅੱਥੂ। ਮੈਂ ਪੱਟੀ ਗਈ ਸ਼ਿੰਦੋ, ਉਹ ਤੇ ਗਿੱਪੀ ਗਰੇਵਾਲ ਬਣਿਆ ਫਿਰਦਾ। ਆਪਣੇ ਰਿਸ਼ਤੇ ਨੂੰ ਅੱਗੇ ਵਧਾਉਣ ਲਈ ਆਪਾਂ ਨੂੰ ਇੱਕ ਵਾਰੀ ਮਿਲਣਾ ਪੈਣਾ। ਕੀ ਹੋਇਆ ਹੁਣ? ਕੁਛ ਨੀ, ਉਹੀ ਨਿਕਲ ਗਿਆ। ਖੁਸ਼ਬੂ ਤਾਂ ਆਊਗੀ। ਮੇਰਾ ਹੁਣ ਰਿਸ਼ਤਿਆਂ ਤੋਂ ਮਨ ਭਰ ਗਿਆ। ਮੈਂ ਵੀ ਹੁਣ ਤੇਰੇ ਨਾਲ ਰਹਿਣਾ ਨਹੀਂ ਚਾਹੁੰਦਾ ਬੇਅੰਤ, ਵੱਖ ਹੋਣਾ ਮੈਂ ਤੇਰੇ ਤੋਂ। ਸੂਰਮਾ, ਜਿੱਦਾਂ 12 ਵਜੇ ਪੱਕਾ ਨਾ। ਤਾਇਆ, ਭੂਆ ਚੋਂ ਮੁਸ਼ਕ ਮਾਰਨ ਲੱਗ ਚੱਲਿਆ, ਫੂਕ ਕੇ ਵਿਹਲੇ ਹੁੰਦੇ ਆ। ਨਾ ਭੈਣੇ ਮੇਰੀ, ਫਿਰ ਫੂਕੀ ਨਾ, ਫਰਿੱਜ ਲਾ ਲਈ, ਦਰਵਾਜ਼ਾ ਖੋਲ ਖੋਲ ਕੇ ਪੁੱਛੀ ਜਾਈ, ਭੈਣੇ ਕਿਵੇਂ ਆ, ਭੈਣੇ ਕਿਵੇਂ ਆ, ਜਿੱਦਣ ਬੋਲ ਪਈ ਉਦੋਂ ਕੱਢ ਲਈ। ਜਲੰਧਰੋਂ ਭੂਆ ਦੀ ਕੁੜੀ ਨੇ ਆਉਣਾ ਅਜੇ, ਉਹ ਆ ਕੇ ਜਿਉਂਦੀ ਕਰ ਦੂਗੀ, ਫੂਕਣੀ ਤਾਂ ਫਿਰ ਵੀ ਪੈਣੀ ਹੋਈ ਆ ਨਾ। ਫੁੱਟਾ ਪਾ ਭੂਆ ਨੂੰ ਹੱਥ, ਮਤਲਬ ਚੱਕ ਲਓ। ਮੇਲ ਭੱਜੀ ਕਿਉਂ ਜਾਂਦਾ, ਭੂਆ ਡਿੱਗ ਪੂਗੀ। ਤੇ ਇਹਦੇ ਕਿਹੜਾ ਸੱਟ ਲੱਗਣੀ ਆ, ਚੱਕ ਕੇ ਫਿਰ ਪੌੜੀ ਤੇ ਸੱਟ ਲਾਂਗੇ। ਉਹ ਚਲੋ ਬਈ, ਜਾਂ ਹੁਣ ਭੂਆ ਸਵਰਗਾਂ ਤੱਕ ਛੱਡ ਕੇ ਆਉਣੀ ਆ। ਬਾਏ ਬਾਏ ਭੂਆ। ਯਾਰ ਕਮਾਲ ਹੋਣ ਵਾਲੀ ਹੈ। ਤੋ ਓਕੇ ਜਨਾਬ, ਇਸ ਦੀ ਸਟੋਰੀ ਜੋ ਮੈਨੂੰ ਸਮਝ ਚੱਲੀ ਹੈ, ਬਜ਼ਾਰੀ ਬਾਤ ਹੈ। ਇੱਕ ਸ਼ੋਹਰ ਇੱਕ ਮੀਆਂ ਜਿਨਕੋ ਲਵ ਹੋਤਾ ਹੈ, ਇਹ ਦੋਨੋਂ ਕਾ ਵਿਆਹ ਹੋਤਾ ਹੈ, ਇਨਕਾ ਕਾਕਾ ਹੋਤਾ ਹੈ, ਔਰ ਫਿਰ ਪਿਆਰ ਹੋਣੇ ਕੇ ਚੱਕਰ ਮੇਂ ਇਹ ਕਾਕੇ ਕੋ ਇਧਰ ਉਧਰ ਕਰਨੇ ਕੀ ਕੋਸ਼ਿਸ਼ ਕਰਤੇ ਹੈ, ਲੇਕਿਨ ਨਹੀਂ ਹੋ ਪਾਤਾ। ਤੋ ਜਨਾਬ, स्टोरी ये होती है कि ये इसका दोस्त होता है, वो इनको फेसबुक पे गिप्पी ग्रेवाल को फेसबुक पेज बना देता है किसी और लड़के की फ़ोटो लेके दूसरे नाम से। लड़की की दोस्त उसको शक में डालती है, वो भी फेसबुक बना लेते हैं। जब इन दोनों का आपस में मैसेज होते हैं, इन दोनों को नहीं पता होता कि ये एक दूसरे से बात कर रहे हैं, शायद यही हो रहा है। फिर ये एक दूसरे से मिलेंगे या इनको ये सोचेंगे हम लोग एक दूसरे से अलग हो जाते हैं, हमारा रिश्ता नहीं चल पा रहा, वो लड़की को वो लगेगा और वो लड़की को वो लगेगा। तो यहाँ पर फिर एंड में इनकी हो जाएगा पैचअप, ये मुझे पता चल गया है। लेकिन उसके अलावा वीडियो अच्छी थी, मज़े वाली थी, आई इन्जॉयड। आप लोगों ने भी इन्जॉय किया होगा, नीचे कमेंट में मुझे अपनी बताएगा। वैसे यार एक बात बताऊँ, आजकल मुझे काफ़ी ज़्यादा मज़ा आ गया आज के रिएक्शन देख के। लेजेंड ऑफ मौला जाट, यार मेरा तितलियां वर्ग का, लॉन्ग लाची टू सॉन्ग, कमाल हो गया यार, आज तो मज़ा आ गया, मैं खुश हो गया काफ़ी ज़्यादा। वीडियो अच्छी होने वाली है। गिप्पी ग्रेवाल की लास्ट टाइम भी एक मूवी आई थी, मुझे
एमी विरक की, एमी विरक की देखी है मैंने अभी रिसेंटली मूवी, हाँ एमी विरक की देखी है, अभी तक किसी और की देखी नहीं है, लेकिन ये एक वो भी आई ना बाजरे का सिट्टा, वो भी देख लिया मैंने। फिर एक आई थी क्या नाम था इसका, वो जिसमें बच्चा होता है क्या नाम है उसका, सोना बाजवा होती है उसमें शायद लड़की, ये लंदन जाता है वहाँ पर होटल में रुकता है उसके साथ, फिर उसके साथ काका होने वाला है। शेर बग्गा भी देख ली मैंने, लेकिन उसके अच्छी मूवी थी, काफ़ी अच्छी थी, तो इसलिए मैं उनके ट्रेलर पर रिएक्शन नहीं दे पाया। लेकिन आप लोगों की रिक्वेस्ट है और प्यार और सपोर्ट का बहुत बहुत शुक्रिया, ज़्यादा से ज़्यादा प्यार सपोर्ट मुझे कमेंट में दें। ये मूवी बहुत अच्छी होने वाली है जो कि आ रही है सितंबर को, इंशाल्लाह देखेंगे ज़रूर। बाकी तो हमें जरूर याद रखिएगा, अल्लाह हाफिज़, लव यू, टेक केयर, अल्लाह हाफिज़।